ਥਾਣਾ ਵੈਰੋਕਾ ਪੁਲਿਸ ਦੇ ਵੱਲੋਂ 8.5 ਕਿਲੋ ਚੂਰਾ ਪੋਸਤ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਆ ਕਾਬੂ। ਮਾਮਲਾ ਦਰਜ ਕਰ ਕੋਰਟ 'ਚ ਕੀਤਾ ਪੇਸ਼। ਜਾਣਕਾਰੀ ਮੁਤਾਬਕ ਅੱਜ ਦਿਨ ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਜਲਾਲਾਬਾਦ ਦੇ ਕੋਰਟ ਕੰਪਲੈਕਸ ਦੇ ਵਿੱਚ ਥਾਣਾ ਵੈਰੋਕਾ ਦੇ ਇੰਚਾਰਜ ਗੁਰਜੰਟ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਿੰਡ ਮਹਾਲਮ ਵਿਖੇ ਉਹਨਾਂ ਦੇ ਵੱਲੋਂ ਰੇਡ ਕੀਤੀ ਗਈ ਸੀ। ਇਸ ਰੇਡ ਦੇ ਦੌਰਾਨ ਆਪਣੇ ਮੋਟਰਸਾਈਕਲ 'ਤੇ ਇੱਕ ਗੱਟਾ ਲੱਦ ਘਰ ਦੇ ਵਿੱਚੋਂ ਬਾਹਰ ਨਿਕਲਦੇ ਸ਼ਖਸ ਦਾ ਗੱਟਾ ਡਿੱਗ ਪਿਆ। ਜਦ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ 8.5 ਕਿਲੋ ਚੂਰਾ ਪੋਸਤ ਬਰਾਮਦ ਹੋਇਆ। ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਸੰਬੰਧ ਦੇ ਵਿੱਚ NDPS ਦੇ ਤਹਿਤ ਥਾਣਾ ਵੈਰੋਕਾ ਵਿਖੇ ਮਾਮਲਾ ਦਰਜ ਕੀਤਾ ਗਿਆ। ਆਰੋਪੀ ਨੂੰ ਕਾਬੂ ਕਰਨ ਤੋਂ ਬਾਅਦ ਅੱਜ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਇਸ ਸੰਬੰਧ ਦੇ ਵਿੱਚ ਆਰੋਪੀ ਨੂੰ ਪੇਸ਼ ਕਰ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਜਾਏਗਾ, ਜਿਸ ਤੋਂ ਬਾਅਦ ਆਰੋਪੀ ਤੋਂ ਪੁੱਛਗਿੱਛ ਕੀਤੀ ਜਾਏਗੀ ਕਿ ਇਹ ਚੂਰਾ ਪੋਸਤ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਇਸ ਨੇ ਕਿੱਥੇ ਸਪਲਾਈ ਕਰਨਾ ਸੀ। ਫਿਲਹਾਲ ਆਰੋਪੀ ਦੇ ਖਿਲਾਫ਼ ਥਾਣਾ ਵੈਰੋਕਾ ਵਿਖੇ ਮੁਕੱਦਮਾ ਨੰਬਰ 33 ਰਜਿਸਟਰਡ ਕੀਤਾ ਗਿਆ। ਕਿਸ ਤਰ੍ਹਾਂ ਦੀ ਕਾਮਯਾਬੀ ਹੱਥ ਲੱਗੀ ਹੈ ਜੀ? ਕੱਲ੍ਹ ਅਸੀਂ ਪਿੰਡ ਮਾਲਮ ਰੇਡ ਵੀ ਕੀਤੇ ਸੀ ਅਤੇ ASI ਮਨਿੰਦਰ ਸਿੰਘ ਸਮੇਤ ਪਾਰਟੀ ਐਕਸਾਈਜ਼ ਇੰਸਪੈਕਟਰ ਪਿੰਡ ਦੇ ਵਿੱਚ ਮੌਜੂਦ ਸੀ ਤਾਂ ਜਸਵਿੰਦਰ ਸਿੰਘ ਆਪਣੇ ਘਰੋਂ ਮੋਟਰਸਾਈਕਲ ਦੇ ਬਾਹਰ ਨਿਕਲਿਆ ਤਾਂ ਉਹਦੇ ਗੱਟਾ ਜਿਹੜਾ ਉਹਦੇ ਮੋਟਰਸਾਈਕਲ 'ਤੇ ਡਿੱਗ ਪਿਆ ਅਤੇ ਉਹਦੇ ਤੋਂ 8.5 ਕਿਲੋ ਚੂਰਾ ਪੋਸਤ ਬਰਾਮਦ ਹੋਇਆ, ਜਿਸ 'ਤੇ ਅਰਥੀ ਦਾ ਮੁਖੇਤੀ ਦਰਜ ਕੀਤੀ ਗਈ ਹੈ। ਅਤੇ ਇਸੇ ਦੌਰਾਨ ਹੀ ਪਿੰਡ ਵਿੱਚੋਂ ASI ਸਤਪਾਲ ਸਿੰਘ ਨੇ ਮੁਕੱਦਮਾ ਨੰਬਰ 68/23/5/23 ਵਿੱਚ ਸਰਪੰਚ ਛਿੰਦਰ ਸਿੰਘ, ਜਿਸ ਤੋਂ 600 ਲੀਟਰ ਲਾਹਣ ਉਹਦੇ ਘਰੋਂ ਮਿਲੀ ਸੀ ਅਤੇ 100 ਲੀਟਰ ਸ਼ਰਾਬ ਮਿਲੀ ਸੀਗੀ, ਅਤੇ ਇਹਦੀ ਮਾਨਯੋਗ ਸੁਪਰੀਮ ਕੋਰਟ ਤੋਂ ਵੀ ਜ਼ਮਾਨਤ ਰੱਦ ਹੋ ਗਈ ਸੀ। ਇਹ ਪਿੰਡ ਵਿੱਚ ਮਿਲਿਆ ਅਤੇ ਇਹਨੂੰ ASI ਸਤਪਾਲ ਸਿੰਘ ਵੱਲੋਂ ਅਰੈਸਟ ਕੀਤਾ ਗਿਆ। ਅਤੇ ਇੱਕ